ਬਨੂੜ ਦੇ ਚਿਤਕਾਰਾ ਯੂਨੀਵਰਸਿਟੀ ਦੇ ਬਾਹਰ 1 ਕਰੋੜ 33 ਲੱਖ ਦੀ ਡਕੈਤੀ ਤੋਂ ਬਾਅਦ ਅੱਜ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਡਕੈਤੀ ਦੀ ਪੂਰੀ ਵਾਰਦਾਤ ਉੱਥੇ ਮੌਜੂਦ ਕਿਸੇ ਵਿਅਕਤੀ ਨੇ ਕਵਰ ਕਰ ਲਈ ਸੀ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ 4-5 ਵਿਅਕਤੀ ਮੂੰਹ ਤੇ ਰੁਮਾਲ ਬੰਨ ਕੇ ਕੈਸ਼ ਵੈਨ ਵਿੱਚ ਬੈਠੇ ਲੋਕਾਂ ਨੂੰ ਬਾਹਰ ਲੈ ਕੇ ਆਏ ਤੇ ਉਹਨਾਂ ਤੇ ਫਾਇਰਿੰਗ ਕਰ ਰਹੇ ਨੇ। ਇੱਕ ਵਿਅਕਤੀ ਦੂਜੀਆਂ ਗੱਡੀਆਂ ਨੂੰ ਅੱਗੇ ਨਹੀਂ ਆਉਣ ਦੇ ਰਿਹਾ ਅਤੇ ਲਗਾਤਾਰ ਫਾਇਰਿੰਗ ਕਰਦਾ ਜਾ ਰਿਹਾ ਹੈ। ਲੁਟੇਰੇ ਕੈਸ਼ ਵੈਨ ਦੀ ਪਿਛਲੀ ਤਾਕੀ ਨੂੰ ਖੋਲ ਕੇ ਉਸ ਵਿੱਚ ਪਿਆ 1 ਕਰੋੜ 33 ਲੱਖ ਰੁਪਇਆ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਡਕੈਤੀ ਸੰਬੰਧੀ ਪਟਿਆਲਾ ਦੇ DIG ਨੇ ਕਿਹਾ ਹੈ ਕਿ ਉਹ ਕਾਰਵਾਈ ਕਰ ਰਹੇ ਨੇ ਅਤੇ ਇਸ ਪੂਰੀ ਡਕੈਤੀ ਵਿੱਚ 2 ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਸੀ। ਹੁਣ ਇਸ ਵੀਡੀਓ ਦੇ ਆਧਾਰ ਤੇ ਲੁਟੇਰਿਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਕੈਸ਼ ਜਿਹੜੀ ਸੀਗੀ ਕੈਸ਼ ਵੈਨ ਦੇ ਵਿੱਚ, ਉਹ ਕੈਸ਼ ਪਲੱਸ ਉਹ ਜਿਹੜੇ 2 ਗਨਮੈਨ ਸੀਗੇ ਉਹਨਾਂ ਦੇ ਵੈਪਨ ਉਹ ਵੀ ਲੈ ਗਏ ਨਾਲ ਆਪਣੇ, ਔਰ ਹੁਣ ਤੱਕ ਕਰੀਬ 1 ਕਰੋੜ 33 ਲੱਖ ਰੁਪਇਆ ਜਿਹੜਾ ਕੈਸ਼ ਸੀਗਾ ਉਸ ਦੇ ਵਿੱਚ, ਔਰ ਟੋਟਲ ਜਿਹੜੇ ਬੰਦੇ ਹੁਣ ਤੱਕ ਸਾਡੀ ਇਨਵੈਸਟੀਗੇਸ਼ਨ 'ਚ ਆਏ ਕਿ 6 ਬੰਦੇ ਸੀਗੇ ਜਿਹੜੇ ਸਾਰੇ ਦੇ ਸਾਰੇ ਸੀਗੇ ਉਹਨਾਂ ਦੇ ਵਾਲ ਕੱਟੇ ਹੋਏ ਸੀਗੇ ਪਰ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਆਪਣੇ, ਔਰ ਫਰਦਰ ਸਾਡੀ ਇਨਵੈਸਟੀਗੇਸ਼ਨ